ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਆਮ ਤੌਰ ਤੇ ਇਹ ਦੇਖਿਆ ਜਾਂਦਾ ਕਿ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਕਿ ਜਿਹੋ ਜਿਹੀ ਕਿਸੇ ਦੀ ਦ੍ਰਿਸ਼ਟੀ ਹੋਵੇ ਨਾ ਉਹੋ ਜੀ ਉਹਨੂੰ ਸ੍ਰਿਸ਼ਟੀ ਨਜ਼ਰ ਆਉਂਦੀ ਆ ਇਹ ਤਾਂ ਬਿਲਕੁਲ ਸਹੀ ਹੈ ਪਰ ਕਈ ਵਾਰ ਜਿਹੜੇ ਰਿਜ਼ਲਟ ਆ ਉਹ ਸੋਚ ਤੋਂ ਬਿਲਕੁਲ ਉਲਟ ਹੁੰਦੇ ਆ ਉਹ ਇਹ ਹੁੰਦੇ ਆ ਕਿ ਸ੍ਰਿਸ਼ਟੀ ਤਾਂ ਠੀਕ ਹੈ لیکن ਜੇ ਜੇ ਆਪਣੀ ਦ੍ਰਿਸ਼ਟੀ ਅਨੁ ਵਿਗੜੀ ਹੋਈ ਆ ਸੋ ਜਦੋਂ ਦ੍ਰਿਸ਼ਟੀ ਵਿਗੜੀ ਹੋਈ ਹੋਵੇ ਆਪਣੀ ਉਸ ਟਾਈਮ ਇਹ ਵਿਗਰੀ ਦ੍ਰਿਸ਼ਟੀ ਦੁਆਰਾ ਜੋ ਵੀ ਫੈਸਲਾ ਜਿਹੜਾ ਹੈਗਾ ਮਨ ਵਿੱਚ ਸੋਚਿਆ ਜਾਂਦਾ ਹੈਗਾ ਜੋ ਵਿਚਾਰ ਉੱਠਦੀ ਆ ਨਾ ਤੇ ਜਦੋਂ ਅਸੀਂ ਦੇਖਦੇ ਆ ਕਿ ਸ੍ਰਿਸ਼ਟੀ ਤਾਂ ਠੀਕ ਸੀ ਮੇਰੀ ਦ੍ਰਿਸ਼ਟੀ ਵਿਗੜੀ ਆ ਤੇ ਫਿਰ ਉਹ ਜਿਹੜਾ ਹੈ ਨਾ ਵਿਗਣ ਦਾ ਮਹਾਪਾਪ ਹੈਗਾ ਉਹ ਜਗਿਆਸ ਨੂੰ ਆਪਣੇ ਆਪ ਲੱਗ ਜਾਂਦਾ ਹੈਗਾ ਐਡਾ ਇਹ ਵੱਜਰ ਪਾਪ ਹੈ ਸੋ ਇਹ ਜਿਹੜੇ ਦ੍ਰਿਸ਼ਟੀ ਨੂੰ ਆਪਣੇ ਆਪ ਨੂੰ ਸੁਧਾਰਨਾ ਜਾਂ ਆਪਣੇ ਆਪ ਨੂੰ ਜਿਹੜਾ ਹੈ ਨਾ ਬਦਲਣਾ ਹੈਗਾ ਇਹ ਵਾਹਿਗੁਰੂ ਦੀ ਕਿਰਪਾ ਉੱਪਰ ਨਿਰਭਰ ਕਰਦਾ ਹੈ ਸੋ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਸਾਹੀ ਸਾਡੀ ਜਿਹੜੀ ਹੈ ਨਾ ਦ੍ਰਿਸ਼ਟੀ ਹੈਗੀ ਆ ਕੁਝ ਹੋਰ ਹਿਸਾਬ ਨਾਲ ਸੋਚਦੀ ਆ ਪਰ ਉਧਰਲਾ ਜਿਹੜਾ ਹਿਸਾਬ ਹੁੰਦਾ ਬਿਲਕੁਲ ਜਿਹੜਾ ਹੈਗਾ ਸਾਡੇ ਵਿਪਰੀਤ ਹੁੰਦਾ ਪਰ ਜਦੋਂ ਸਾਨੂੰ ਉਸ ਰਿਜ਼ਲਟ ਦਾ ਪਤਾ ਲੱਗਦਾ ਹੈ ਨਾ ਫਿਰ ਮਨ ਵਿੱਚ ਬੜਾ ਪਛਤਾਵਾ ਹੁੰਦਾ ਹੈ ਬੜੀ ਸੋਚ ਜਿਹੜੀ ਮਨ 'ਚ ਫੁਰਦੀ ਆ ਕਿ ਐਡਾ ਭਾਰਾ ਜਿਹੜਾ ਬੱਜਰ ਪਾਪ ਆ ਜਿਹੜਾ ਮੈਂ ਮਨ ਦੇ ਨਾਲ ਹੀ ਕਰ ਲਿਆ ਅੰਦਰ ਸੋਚ ਕੇ ਸੋ ਉਹ ਜਿਹੜਾ ਪਾਪ ਆ ਹਨ ਉਹ ਸਾਨੂੰ ਫਿਰ ਪਛਤਾਵੇ ਦੇ ਰੂਪ ਦੇ ਵਿੱਚ ਐਡਾ ਭਾਰਾ ਲੱਗਦਾ ਹੈਗਾ ਕਿ ਫਿਰ ਉਹਦਾ ਹਨਾ ਪ੍ਰਸਚਿਤ ਕਰਨਾ ਕਈ ਵਾਰੀ ਬੜਾ ਮੁਸ਼ਕਲ ਹੋ ਜਾਂਦਾ ਸੋ ਇਸ ਤਰ੍ਹਾਂ ਦੀਆਂ ਇੱਕ ਨਹੀਂ ਅਨੇਕਾਂ ਘਟਨਾਵਾਂ ਜਿਹੜੀਆਂ ਹਨ ਐਸੇ ਗੁਰਸਿੱਖ ਵਿਦਵਾਨਾਂ ਦੇ ਨਾਲ ਹੋ ਜਾਂਦੀਆਂ ਜਿਨ੍ਹਾਂ ਨੂੰ ਬਾਅਦ ਵਿੱਚ ਬੜਾ ਪਛਤਾਉਣਾ ਪੈਂਦਾ ਤਾਂ ਪਰ ਜਦੋਂ ਉਹਨਾਂ ਨੂੰ ਅਸਲੀਅਤ ਦਾ ਪਤਾ ਲੱਗਦਾ ਫਿਰ ਉਹ ਸੱਜਣ ਹਨਾ ਯਾਰ ਯਾਰ ਰੋਂਦੇ ਆ ਜਿਵੇਂ ਕੋਈ ਮੁਹਾਤਮਾ ਜਿਹੜੇ ਸੀਗੇ ਉਹ ਇੱਕ ਨਦੀ ਦੇ ਕਿਨਾਰੇ ਜਾ ਰਹੇ ਸੀ ਉਹਨਾਂ ਨੇ ਕੀ ਦੇਖਿਆ ਕਿ ਇੱਕ ਉੱਥੇ ਜਿਹੜਾ ਹੈ ਨਾ ਬਜ਼ੁਰਗ ਬੈਠਾ ਹੈਗਾ ਉਹਦੇ ਹੱਥ ਦੇ ਵਿੱਚ ਇੱਕ ਬੋਤਲ ਹੈ ਸ਼ਰਾਬ ਦੀ ਤੇ ਇੱਕ ਉਹਦੇ ਕੋਲ ਹੈ ਨਾ ਬਿਲਕੁਲ ਨੌਜਵਾਨ ਲੜਕੀ ਬੈਠੀ ਆ ਲੇਕਿਨ ਉਹਨੇ ਦੇਖਿਆ ਕਿ ਉਹ ਜਿਹੜਾ ਬਜ਼ੁਰਗ ਹੈਗਾ ਉਹ ਉਸ ਤੋਂ ਹੈ ਨਾ ਸ਼ਰਾਬ ਦੀ ਬੋਤਲ ਜਿਹੜੀ ਹੈਗੀ ਆ ਉਹ ਹੱਥ ਵਿੱਚ ਫੜ ਕੇ ਜਿਹੜੀ ਹੈ ਨਾ ਉਕਦੀ ਸੱਜੇ ਕੁਮਾਰਿਆ ਕਦੀ ਖੱਬੇ ਕੁਵਾਰਿਆ ਹੈ ਲੇਕਿਨ ਲੜਕੀ ਜਿਹੜੀ ਹੈ ਨਾ ਉਸ ਤੋਂ ਉਹ ਬੋਤਲ ਜਿਹੜੀ ਹੈ ਉਹ ਖੋਣ ਦੀ ਕੋਸ਼ਿਸ਼ ਕਰਦੀ ਆ ਸੋ ਜਦੋਂ ਮਹਾਤਮਾ ਨੇ ਇਹ ਸਾਰਾ ਜਿਹੜਾ ਨਾ ਦ੍ਰਿਸ਼ ਦੇਖਿਆ ਮਨ ਵਿੱਚ ਬੜੇ ਜਿਹੜੇ ਹੈਗੇ ਉਹ ਉਹ ਹੈਰਾਨ ਹੋਏ ਲੇਕਿਨ ਮਨ ਵਿੱਚ ਅੰਦਰ ਕ੍ਰੋਧ ਦੀ ਜਵਾਲਾ ਵੀ ਫੁੱਟੀ ਦੇਖੋ ਇੱਕ ਤਾਂ ਸਿਆਣਾ ਆਦਮੀ ਬਜ਼ੁਰਗ ਆਦਮੀ ਆ ਦੂਸਰਾ ਦੇਖੋ ਬਿਲਕੁਲ ਜਿਹੜੀ ਆ ਉਹ ਜੰਗ ਲੜਕੀ ਹੈਗੀ ਆ ਸੋ ਦੇਖੋ ਉਹਦਾ ਵਰਤਾਰਾ ਜਿਹੜਾ ਹੈ ਨਾ ਕਿੰਨਾ ਉਲਟ ਹੈਗਾ ਇੱਕ ਬਜ਼ੁਰਗ ਦੀ ਉਮਰ ਦੇ ਵਿੱਚ ਇੱਕ ਐਸੀ ਜੰਗ ਲੜਕੀ ਦੇ ਨਾਲ ਜੋ ਵਿਹਾਰ ਕਰ ਰਿਹਾ ਹੈਗਾ ਇੱਕ ਸ਼ਰਾਬੀ ਆਦਮੀ ਉਹ ਬਹੁਤ ਹੀ ਨੀਜ ਕਰਮ ਹੈਗਾ ਸੋ ਉਸ ਮਹਾਤਮਾ ਨੇ ਉੱਪਰ ਵੱਲ ਨੂੰ ਆਪਣੇ ਹੱਥ ਕਰਕੇ ਹਨਾ ਉਸ ਵਾਹਿਗੁਰੂ ਜੀ ਦੇ ਅੱਗੇ ਬੇਨਤੀ ਕੀਤੀ ਸੱਚੇ ਭਾਸ਼ਾ ਕਿ ਤੇਰੇ ਇਸ ਧਰਤੀ ਦੇ ਵਿੱਚ ਇਸ ਤਰ੍ਹਾਂ ਦੇ ਵੀ ਇਨਸਾਨ ਹੈਗੇ ਆ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਜੋ ਦੁਸ਼ਟ ਕਰਮ ਕਰਦੇ ਆ ਦੇਖੋ ਇਹ ਸੋਚ ਕੇ ਹਨਾ ਸੱਜਣ ਜਿਹੜੇ ਸੀਗੇ ਉਹ ਤਾਂ ਆਪਣੇ ਰੰਗ ਵਿੱਚ ਮਸਤ ਸੀਗੇ ਲੇਕਿਨ ਇਧਰੋਂ ਮੁਹਤਮਾ ਜਿਹੜੇ ਸੀਗੇ ਹਨਾ ਉਹਨਾਂ ਨੂੰ ਇਸ ਤਰ੍ਹਾਂ ਵਿੱਚੇ ਛੱਡ ਕੇ ਜਿਹੜੇ ਸੀ ਉਹ ਨਦੀ ਦੇ ਇੱਕ ਪਾਸੇ ਗਏ ਜਿੱਥੇ ਹਨਾ ਬੇੜੀਆਂ ਮਲਾਹ ਜਿਹੜੇ ਸੀਗੇ ਉਹ ਨਦੀ ਨੂੰ ਪਾਰ ਕਰਾਉਂਦੇ ਜਿੱਤੇ ਸੱਜਣਾ ਉਸ ਬੇੜੀ ਦੇ ਕੋਲ ਗਏ ਤੇ ਉਹ ਇੱਕ ਖਾਲੀ ਬੇੜੀ ਦੇ ਵਿੱਚ ਬੈਠ ਗਏ ਜਦ ਬੈਠ ਗਏ ਤਾਂ ਮਲਾਹ ਹੋਰ ਵੀ ਜਿਹੜੇ ਮੁਸਾਫਰ ਉਹਨਾਂ ਦੀ ਇੰਤਜ਼ਾਰ ਕਰਨ ਲੱਗਾ ਥੋੜੇ ਚਿਰ ਬਾਅਦ ਉਸੇ ਮੁਹਤਮਾ ਨੇ ਕੀ ਦੇਖਿਆ ਕਿ ਉਹ ਹੀ ਜਿਹੜਾ ਬਜ਼ੁਰਗ ਆਦਮੀ ਅਤੇ ਉਹ ਜੰਗ ਲੜਕੀ ਜਿਹੜੀ ਹੈ ਨਾ ਉਸੇ ਹੀ ਬੇੜੀ ਵਿੱਚ ਸਵਾਰ ਹੋਣ ਵਾਸਤੇ ਬੇੜੀ ਦੇ ਵਿੱਚ ਦਾਖਲ ਹੋ ਗਏ ਪਰ ਨਾਲ ਹੀ ਉਹਨੇ ਕੀ ਦੇਖਿਆ ਕਿ ਉਹ ਜਿਹੜਾ ਬਜ਼ੁਰਗ ਆਦਮੀ ਸੀਗਾ ਤੇ ਨਾਲ ਜਿਹੜੀ ਬਜ਼ੁਰਗ ਉਹ ਲੜਕੀ ਜਿਹੜੀ ਸੀਗੀ ਬਜ਼ੁਰਗ ਦੇ ਨਾਲ ਉਹ ਜਿਹੜੀ ਸੀ ਬਿਲਕੁਲ ਮਹਾਤਮਾ ਦੇ ਕਰੀਬ ਹੋ ਕੇ ਬੈਠਣ ਦੀ ਕੋਸ਼ਿਸ਼ ਕਰਨ ਲੱਗੇ ਜਦ ਕੋਸ਼ਿਸ਼ ਕਰਨ ਲੱਗੇ ਤਾਂ ਮਹਾਤਮਾ ਨੇ ਆਪਣੇ ਆਪ ਨੂੰ ਸੰਕੋਚ ਕੇ ਹਨਾ ਉਹਨਾਂ ਵਾਲੇ ਦੇਖ ਕੇ ਮੂੰਹ ਇੱਕ ਪਾਸੇ ਕਰ ਲਿਆ ਕਿ ਦੇਖੋ ਕਿਨੇ ਨੀਚ ਆਦਮੀ ਇਸ ਸ੍ਰਿਸ਼ਟੀ 'ਚ ਕੰਮ ਕਰਦੇ ਆ ਤੇ ਅਗਰ ਮੈਂ ਇਹਨਾਂ ਦੇ ਨਾਲ ਅੱਖ ਮਲਾਈ ਹਨਾ ਤਾਂ ਮੇਰੇ ਨਾਲ ਜਿਹੜਾ ਹੈਗਾ ਬਹੁਤ ਵੱਡਾ ਪਾਪ ਉਹ ਚੁੰਬੜ ਜਾਏਗਾ ਇਸ ਕਰਕੇ ਮਹਾਤਮਾ ਨੇ ਆਪਣੇ ਆਪ ਨੂੰ ਬੜੇ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਦੇਖੋ ਉਹ ਜਿਹੜਾ ਬਜ਼ੁਰਗ ਆਦਮੀ ਸੀ ਉਹ ਮਹਾਤਮਾ ਦੀ ਇਹ ਹਰਕਤ ਨੂੰ ਦੇਖ ਕੇ ਹਨਾ ਸਭ ਕੁਝ ਸਮਝ ਗਿਆ ਉਹਨੇ ਫਿਰ ਜਿਹੜੀ ਸੀ ਉਹ ਲੜਕੀ ਉਸ ਨੂੰ ਆਖਿਆ ਕਿ ਬੇਟਾ ਜਾਓ ਇਸ ਮਹਾਤਮਾ ਦੇ ਚਰਨ ਸਪਰਸ਼ ਕਰੋ ਜਦੋਂ ਨੇ ਬੇਟਾ ਲਫ ਜੋ ਉਸ ਬਜ਼ੁਰਗ ਆਦਮੀ ਨੇ ਜਿਹੜੇ ਉਸ ਲੜਕੀ ਨੂੰ ਬੋਲਿਆ ਤੋਂ ਮਹਾਤਮਾ ਜਿਹੜੇ ਸੀ ਜਗ ਕਤਮ ਚ ਕੰਨੇ ਹੋ ਗਏ ਮਨ ਚ ਸੋਚਿਆ ਕਿ ਇਹ ਮੈਂ ਕੀ ਜਿਹੜਾ ਹੈਗਾ ਸੁਣ ਰਿਹਾ ਹੈਗਾ ਇਹ ਬਜ਼ੁਰਗ ਆਦਮੀ ਜਿਹੜਾ ਉਸ ਨਦੀ ਦੇ ਦੂਸਰੇ ਪਾਸੇ ਸ਼ਰਾਬੀ ਹਾਲਤ ਵਿੱਚ ਜਿਹੜਾ ਸੀ ਇਹੋ ਜੀ ਹਰਕਤ ਕਰ ਰਿਹਾ ਹੈ ਸਗਾ ਲੇਕਿਨ ਇਹ ਸੀ ਜਿਹੜੀ ਨੌਜਵਾਨ ਲੜਕੀ ਸੀ ਇਹਨੂੰ ਹੁਣ ਬੇਟੀ ਕਰਕੇ ਪੁਕਾਰ ਰਿਹਾ ਹੈਗਾ ਪਰ ਫਿਰ ਦੂਸਰੇ ਪਲ ਹੀ ਫਿਰ ਉਸ ਬਜ਼ੁਰਗ ਆਦਮੀ ਨੇ ਦੱਸਿਆ ਕਿ ਇਹ ਜਿਹੜੀ ਜੰਗਲ ਲੜਕੀ ਹੈਗੇ ਅਸਲ ਦੇ ਵਿੱਚ ਮੇਰੀ ਬੇਟੀ ਹੈ ਤੇ ਸਾਡਾ ਆਪਸ ਵਿੱਚ ਜਿਹੜਾ ਹਨਾ ਉਹ ਪਿਤਾ ਤੇ ਬੇਟੀ ਦਾ ਜਿਹੜਾ ਪਿਆਰ ਉਹ ਸ਼ੁਰੂ ਤੋਂ ਇਤਨਾ ਹੈਗਾ ਹਨਾ ਕਿ ਮੈਂ ਬਚਪਨ ਦੇ ਵਿੱਚ ਇਹਦੇ ਨਾਲ ਜਿਹੜੀ ਸੀ ਉਹ होली ਖੇਡਦਾ ਹੁੰਦਾ ਸੀਗਾ ਲੇਕਿਨ ਅੱਜ ਬਹੁਤ ਹੀ ਹਨਾ ਸੁਭਾਗਾ ਸਮਾਂ ਮਿਲਿਆ ਜਦੋਂ ਇਹ ਬੱਚੀ ਜਿਹੜੀ ਹੈ ਅੱਜ ਮੈਨੂੰ ਜਿਹੜੀ ਹੈ ਉਹ ਮਿਲਣ ਆਈ ਆ ਮੈਂ ਇਹਨੂੰ ਜਿਹੜੇ ਇਸ ਇਹਨੂੰ ਇਸ ਸਮੇਂ ਦੇ ਵਿੱਚ ਮਿਲਿਆ ਪਰ ਬਚਪਨ ਦੇ ਵਿੱਚ ਜਦੋਂ ਵਾਸੀ ਹਨਾ ਬਾਪ ਬੇਟੀ ਜਿਹੜੇ ਸੀ ਉਹ ਹੋਲੀ ਦੇ ਖੇਡ ਖੇਡਦੇ ਹੁੰਦੇ ਸੀ। ਉਹੀ ਹੋਲੀ ਦੇ ਖੇਡ ਜਿਹੜੇ ਹਨਾ ਅਸੀਂ ਉਸ ਨਦੀ ਕਿਨਾਰੇ ਜਿਹੜੇ ਸੀ ਖੇਡ ਰਹੇ ਸੀ ਕਿ ਤਾਂ ਜੋ ਜਿਹੜਾ ਹਨਾ ਸਾਡੀ ਜਿਹੜੀ ਯਾਦ ਹੈਗੀ ਜਾਂ ਸਮਾਂ ਹੈਗਾ ਉਹ ਜਿਹੜਾ ਬਹੁਤ ਖੁਸ਼ੀਆਂ ਭਰਿਆ ਬੀਤੇ। ਜਦ ਮਹਾਤਮਾ ਨੇ ਜਿਹੜੇ ਸੀ ਇਹ ਬਚਨ ਉਹਨਾਂ ਸੁਣੇ ਤੇ ਮਹਾਤਮਾ ਮਨ ਵਿੱਚ ਬੜੇ ਹੈਰਾਨ ਹੋਏ ਤੇ ਆਪਣੀ ਸੋਚ ਨੂੰ ਬੜੇ ਫਟਕਾਰਨ ਲੱਗੇ ਕਿ ਮੈਂ ਤਾਂ ਸੋਚਿਆ ਸੀਗਾ ਕਿ ਇਹ ਜਿਹੜੀ ਬੋਤਲ ਹੈਗੀ ਹੈ ਸ਼ਰਾਬ ਦੀ ਹੈਗੀ ਆ। ਪਰ ਉਹ ਬਜਰੋ ਕਹਿਣ ਲੱਗੇ ਬੋਤਲ ਸ਼ਰਾਬ ਦੀ ਨਹੀਂ ਇਹ ਪਾਣੀ ਹੈ ਇਹਦੇ ਵਿੱਚ ਮੈਰ ਜਿਹੜਾ ਰੰਗ ਪਾਇਆ ਹੈਗਾ ਤੇ ਇਸ ਕਰਕੇ ਅਸੀਂ ਬਾਪ ਬੇਟੀ ਜਿਹੜੇ ਹਨਾ ਉਹ ਹੋਲੀ ਦੀ ਖੇਡ ਖੇਡ ਰਹੇ ਸੀ ਫਿਰ ਦੇਖੋ ਜਦ ਮਹਾਤਮਾ ਨੇ ਇਹ ਗੱਲ ਜਿਹੜੀ ਸੀ ਉਹਨਾਂ ਦੇ ਆਪ ਮੁਖਤ ਸੁਣੀ ਤਾਂ ਮਹਾਤਮਾ ਜਿਹੜੇ ਸੀ ਉਹ ਯਾਰ ਯਾਰ ਜਿਹੜੇ ਸੀ ਉਹ ਰੋਣ ਲੱਗ ਪਏ ਤੇ ਮਨ 'ਚ ਸੋਚਿਆ ਕਿ ਦੇਖੋ ਸ੍ਰਿਸ਼ਟੀ ਤਾਂ ਠੀਕ ਆ ਲੇਕਿਨ ਮੇਰੀ ਦ੍ਰਿਸ਼ਟੀ ਹੀ ਗਲਤ ਹੈਗੀ ਐ ਐਡਾ ਵੱੱਜਰ ਪਾਪ ਜਿਹੜਾ ਮੈਂ ਆਪ ਹੀ ਮਨ ਵਿੱਚ ਸੋਚ ਕੇ ਜਿਹੜਾ ਹੈਗਾ ਉਹ ਅੰਦਰ ਪੈਦਾ ਕਰ ਲਿਆ ਹੈਗਾ ਹੁਣ ਇਹਦਾ ਜਿਹੜਾ ਪਛਤਾਪਾਹ ਨਾ ਉਹ ਹੋਰ ਕੋਈ ਨਹੀਂ ਫਿਰ ਉਸ ਮਹਾਤਮਾ ਨੇ ਉਸ ਬਾਪ ਬੇਟੀ ਤੋਂ ਮਾਫੀ ਮੰਗੀ ਮਾਫੀ ਮੰਗ ਕੇ ਪਰ ਆਪਣੇ ਆਪ ਨੂੰ ਜਿਹੜੀ ਸੀ ਇਹ ਘਟਨਾ ਉਹਨਾਂ ਦੀ ਜਿਹੜੀ ਜਿੰਦਗੀ ਦੀ ਉਹ ਭੁੱਲ ਯਾਦ ਬਣ ਗਈ ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਕਈ ਵਾਰ ਆਪਾਂ ਦੇਖਦੇ ਆ ਕਿ ਸ੍ਰਿਸ਼ਟੀ ਤਾਂ ਠੀਕ ਹੁੰਦੀ ਐ ਲੇਕਿਨ ਸਾਡੀ ਦ੍ਰਿਸ਼ਟੀ ਹੀ ਫਰਕ ਹੁੰਦਾ ਹੈ ਜਿਵੇਂ ਇੱਕ ਵਾਰ ਇੱਕ ਸਿੱਖ ਬਦਵਾਨ ਜਿਹੜੇ ਸੀਗੇ ਉਹ ਬਹਾਰ ਕਿਸੇ ਹੋਟਲ ਦੇ ਵਿੱਚ ਕਿਸੇ ਵਿਦੇਸ਼ ਦੇ ਵਿੱਚ ਜਿਹੜੇ ਸੀਗੇ ਉਹ ਕੁਝ ਟਾਈਮ ਬਸਤੇ ਰੁਕੇ ਤੇ ਉਹਨਾਂ ਨੇ ਕੀ ਦੇਖਿਆ ਕਿ ਉਸੇ ਹੀ ਹੋਟਲ ਦੇ ਵਿੱਚ ਇੱਕ ਲੜਕੀ ਜਿਹੜੀ ਆ ਉਹਨਾਂ ਨੂੰ ਬਾਰ-ਬਾਰ ਜਿਹੜੀ ਆ ਉਹ ਤੱਕ ਰਹੀ ਹੈ ਪਰ ਉਹ ਸਰਦਾਰ ਉਹਨਾਂ ਨੇ ਜਾਂ ਉਸ ਲੜਕੀ ਦੀ ਤੱਕਣੀ ਨੂੰ ਜਿਹੜਾ ਹੈਗਾ ਉਹ ਆਪਣੇ ਮਨ ਦੇ ਵਿੱਚ ਸੋਚਿਆ ਕਿ ਇਹ ਲੜਕੀ ਜਿਹੜੀ ਆ ਜਦੋਂ ਸਵੇਰਾ ਹੁੰਦਾ ਹੈਗਾ ਜਦ ਮੈਂ ਇਸ਼ਨਾਨ ਕਰਦਾ ਉਸ ਟਾਈਮ ਉਹਨੂੰ ਤੱਕਦੀ ਆ ਪਰ ਜਦੋਂ ਮੈਂ ਇਸ਼ਨਾਨ ਕਰਕੇ ਬਾਥ ਕਰਦਾ ਫਿਰ ਮੇਰੇ ਕਮਰੇ ਚ ਆ ਕੇ ਝਾਤੀ ਮਾਰਦੀ ਆ ਉਸ ਤੋਂ ਬਾਅਦ ਇਹ ਲੜਕੀ ਜਿਹੜੀ ਹੈ ਨਾ ਵਾਰ-ਵਾਰ ਆ ਕੇ ਮੇਰੇ ਕਮਰੇ ਤੇ ਝਾਤੀ ਮਾਰ ਕੇ ਮੁੜ ਜਾਂਦੀ ਆ ਉਸੇ ਦੇਖੋ ਸਿੱਖ ਵਿਦਵਾਨ ਨੇ ਉਸ ਜਿਹੜਾ ਹੋਟਲ ਦਾ ਮੈਨੇਜਰ ਹੈਗਾ ਉਹਨੂੰ ਉਸ ਲੜਕੀ ਦੀ ਸ਼ਿਕਾਇਤ ਕਰ ਦਿੱਤੀ ਕਿ ਇੱਕ ਲੜਕੀ ਤੁਹਾਡੇ ਹੋਟਲ ਦੇ ਵਿੱਚ ਮੈਨੂੰ ਵਾਰ-ਵਾਰ ਡਿਸਟਰਬ ਕਰ ਰਹੀ ਆ ਪਰ ਦੇਖੋ ਜਦੋਂ ਉਸ ਲੜਕੀ ਬੇਟੀ ਨੂੰ ਜਿਹੜਾ ਸਗਾ ਉਹ ਮੈਨੇਜਰ ਨੇ ਆਪਣੇ ਪਾਸ ਬੁਲਾਇਆ ਤੇ ਜਦ ਫਿਰ ਉਹਦੇ ਨਾਲ ਇਹ ਜਿਹੜੀ ਗੱਲ ਸਾਰੀ ਖੋਲਹੀ ਗਈ ਲੜਕੀ ਨੇ ਇਹ ਲੜਕੀ ਨੇ ਉਹ ਆਖਿਆ ਸਗਾ ਕਿ ਅਸਲ ਦੇ ਵਿੱਚ ਮੈਂ ਯਾਨੀ ਕਿ ਸਿੱਖ ਇਤਿਹਾਸ ਪੜ੍ਹਿਆ ਹੈਗਾ ਤੇ ਮੈਂ ਉਹਦੇ ਵਿੱਚ ਪੜਿਆ ਹੈ ਕਿ ਜਿਹੜੇ ਸਿੱਖ ਹੁੰਦੇ ਆ ਉਹ ਅੰਮ੍ਰਿਤ ਵੇਲੇ ਜਿਹੜੇ ਉੱਠਦੇ ਆ ਉੱਠ ਕੇ ਇਸ਼ਨਾਨ ਕਰਦੇ ਆ ਫਿਰ ਬਾਣੀ ਪੜ੍ਹਦੇ ਆ ਤੇ ਮੈਂ ਯਾਨੀ ਆਪਣੀ ਜ਼ਿੰਦਗੀ ਵਿੱਚ ਪਹਿਲਾ ਜਿਹੜਾ ਹਨ ਸਰਦਾਰ ਇਸ ਹੋਟਲ ਦੇ ਵਿੱਚ ਰੁਕਿਆ ਦੇਖਿਆ ਤੇ ਮੈਂ ਤਾਂ ਸਿਰਫ ਇਹ ਚੈੱਕ ਕਰਨ ਵਾਸਤੇ بار بار ਦੇ ਕਮਰੇ ਵਿੱਚ ਆਤੀ ਮਾਰਦੀ ਸੀ ਕਿ ਵਾਕਿਆ ਜਿਹੜੇ ਸਿੱਖ ਹੈਗੇ ਉਹ ਅੰਮ੍ਰਿਤ ਵੇਲੇ ਉੱਠਦੇ ਆ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਆ ਫਿਰ ਮੈਂ ਦੂਸਰੀ ਤੇ ਤੀਸਰੀ ਵਾਰ ਆਈ ਸੀ ਜਦੋਂ ਤੁਸੀਂ ਬਾਣੀ ਪੜ੍ਹਦੇ ਸੀ ਮੈਂ ਚੈੱਕ ਕਰਦੇ ਸੀ ਕਿ ਵਾਕਿਆ ਹੀ ਤੁਸੀਂ ਬਾਣੀ ਪੜ੍ਹਦੇ ਆ ਤੇ ਮੈਂ ਸਿਰਫ ਇਸ ਪਾਸੇ ਦੇਖ ਸੀ ਸੀ ਕਿ ਵਾਕਿਆ ਜੋ ਮੈਂ ਕਤਬਾਂ ਵਿੱਚ ਲਿਖਿਆ ਹਨ ਅੱਜ ਅੱਖੀਂ ਦੇਖਿਆ ਹੈਗਾ ਜਿਾ ਦੇਖੋ ਉਸ ਲੜਕੀ ਨੇ ਜਿਹੜੀ ਸੀ ਉਹ ਮੈਂਜਰ ਦੇ ਸਾਹਮਣੇ ਆਪਣੀ ਸਾਰੀ ਹਕੀਕਤ ਬਿਆਨ ਕੀਤੀ ਉਹ ਜਿਹੜੇ ਸਿੱਖ ਵਿਦਵਾਨ ਸੀਗੇ ਹਨ ਉਹ ਯਾਰ ਯਾਰ ਰੋਣ ਲੱਗ ਪਏ ਸੋ ਉਹਨਾਂ ਨੇ ਫਿਰ ਮਨ ਵਿੱਚ ਓਖਿਆ ਕਿ ਮੈਂ ਦੇਖੋ ਐਡਾ ਪਰ ਜਿਹੜਾ ਵੱੱਜਰ ਪਾਪ ਹਨਾ ਬਿਨਾ ਸੋਚਿਆ ਬਿਨਾ ਸਮਝਿਆ ਜਿਹੜਾ ਹੈ ਉਹ ਆਪਣੇ ਮਨ ਦੇ ਵਿੱਚ ਬਣਾ ਲਿਆ ਹੈ ਅਸਲ ਦੇ ਵਿੱਚ ਕੀ ਹੈ ਸ੍ਰਿਸ਼ਟੀ ਤਾਂ ਠੀਕ ਸੀ ਲੇਕਿਨ ਮੇਰੀ ਜਿਹੜੀ ਦ੍ਰਿਸ਼ਟੀ ਹਨ ਇਹੋ ਹੀ ਗਲਤ ਹੈਗੀ ਆ ਜਦੋਂ ਫਿਰ ਆਪਣੀ ਦ੍ਰਿਸ਼ਟੀ ਗਲਤ ਹੋਏ ਹਨ ਫਿਰ ਮਨ ਵਿੱਚ ਬੜਾ ਪਛਤਾਵਾ ਹੁੰਦਾ ਹੈ ਫਿਰ ਉਸ ਟਾਈਮ ਬਾਫੀ ਮੰਗਣ ਤੋਂ ਬਗੈਰ ਕੋਈ ਚਾਰਾ ਨਹੀਂ ਲੇਕਿਨ ਮਨ ਦੇ ਵਿੱਚ ਸੋਚ ਆਉਂਦੀ ਆ ਕਿ ਦੇ ਹੈ ਵਾਹਿਗੁਰੂ ਮੇਰੀ ਜਿਹੜੀ ਤੂੰ ਦ੍ਰਿਸ਼ਟੀ ਠੀਕ ਕਰ ਜਦ ਮੇਰੀ ਦ੍ਰਿਸ਼ਟੀ ਠੀਕ ਹੋ ਗਈ ਹੈ ਨਾ ਤਾਂ ਫਿਰ ਸ੍ਰਿਸ਼ਟੀ ਜਿਹੋ ਜਿਹੀ ਹੈਗੀ ਉਹੋ ਜੇ ਮੈਨੂੰ ਨਜ਼ਰ ਆਏਗੀ ਪਰ ਅਸਲ ਦੇ ਵਿੱਚ ਕਈ ਵਾਰ ਆਪਣੀ ਦ੍ਰਿਸ਼ਟੀ ਜਿਹੜੀ ਆ ਉਲਟ ਹੁੰਦੀ ਹੈ ਤੇ ਸ੍ਰਿਸ਼ਟੀ ਜਿਹੜੀ ਹੈਗੀ ਉਹ ਬਿਲਕੁਲ ਠੀਕ ਹੁੰਦੀ ਹੈ ਇਸੇ ਤਰ੍ਹਾਂ ਇੱਕ ਸੱਜਣ ਜਿਹੜੇ ਸੀ ਉਹ ਦਾਸ ਨੂੰ ਜਿਹੜੇ ਸੀ ਇੱਕ ਇੱਕ ਵਿਦੇਸ਼ ਦੇ ਵਿੱਚ ਮਿਲੇ ਉਹਨਾਂ ਨੇ ਵੀ ਇਸ ਤਰ੍ਹਾਂ ਦੀ ਇੱਕ ਘਟਨਾ ਸਾਂਝੀ ਕੀਤੀ ਉਹ ਕਹਿਣ ਲੱਗੇ ਕਿ ਇੱਕ ਮੈਂ ਕਿਸੇ ਦੇ ਘਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਖੰਡ ਪਾਠ ਚੱਲ ਰਿਹਾ ਸੀਗਾ ਉਹਦੇ ਵਿੱਚ ਮੈਂ ਕਹਿੰਦੇ ਗ੍ਰੰਥੀ ਦੀ ਸੇਵਾ ਨਿਭਾ ਰਿਹਾ ਸੀਗਾ ਕਿੰਨੇ ਜਦੋਂ ਮੇਰੀ ਰੋਲ ਆਈ ਤੇ ਜੇਸਟੇ ਮੇਰੀ ਰੋਲ ਡੋਣੀ ਉਸ ਟਾਈਮ ਕਹਿੰਦੇ ਮੈਂ ਕੀ ਦੇਖਦਾ ਸੀਗਾ ਇੱਕ ਲੜਕੀ ਜਿਹੜੀ ਸੀਗੀ ਉਹ ਮੱਥਾ ਠੇਕੇ ਹਨਾ ਜਦ ਤੱਕ ਮੈਂ ਪਾਠ ਪੜ ਉਸ ਟਾਈਮ ਪੜਦਾ ਰਹਿੰਦਾ ਸੀਗਾ ਤੇ ਪੜ ਕੇ ਜਿਹੜੀ ਸੰਗਤ ਨੂੰ ਸੁਣਾਉਂਦਾ ਰਹਿੰਦਾ ਸੀਗਾ ਉਹ ਲੜਕੀ ਜਿਹੜੀ ਸੀ ਉਹ ਬੈਠੀ ਰਹਿੰਦੀ ਸੀ ਲਗਾਤਾਰ ਕਹਿੰਦੇ 2 ਘੰਟੇ ਦੀ ਰੋਲ ਤੋਂ ਬਾਅਦ ਜਦੋਂ ਮੈਂ ਉੱਠ ਕੇ ਚਲੇ ਜਾਂਦਾ ਸੀ ਫਿਰ ਉਹ ਲੜਕੀ ਜਿਹੜੀ ਸੀ ਉੱਠ ਕੇ ਚਲੀ ਜਾਂਦੀ ਸੀ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਜਿੰਨਾ ਦਿਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਖੰਡ ਪਾਠ ਚੱਲਿਆ ਹਨ ਜਿਸ ਟਾਈਮ ਵੀ ਮੇਰੀ ਜਿਹੜੀ ਰੋਲ ਆਈ ਉਹ ਲੜਕੀ ਜਿਹੜੀ ਹੈ ਉਹ ਜ਼ਰੂਰ ਉਹਦੇ ਵਿੱਚ ਹਾਜ਼ਰ ਹੋਈ ਉਹਨੇ ਬੈਠ ਕੇ ਜਿਹੜੀ ਸੀ ਮੇਰੀ ਬਾਣੀ ਸਰਵਣ ਕੀਤੀ ਕਹਿੰਦੇ ਮੇਰੇ ਮਨ ਵਿੱਚ ਹਨ ਕਈ ਤਰ੍ਹਾਂ ਦੇ ਜਿਹੜੇ ਸੀ ਉਲਟੇ ਸਿੱਧੇ ਜਿਹੜੇ ਸੀ ਸਵਾਲ ਪੈਦਾ ਹੋਣੇ ਸ਼ੁਰੂ ਕੀ ਦਿੱਤੇ ਤੇ ਕਹਿੰਦੇ ਮਨ ਵਿੱਚ ਸੋਚਿਆ ਵੀ ਇਹ ਲੜਕੀ ਜਿਹੜੀ ਹੈ ਉਹ ਵਾਰ-ਵਾਰ ਜਦੋਂ ਵੀ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉੱਤੇ ਬੈਠਦਾ ਹਾਂਗਾ ਪਾਠ ਕਰਦਾ ਹੈਗਾ ਇਹ ਆ ਕੇ ਜ਼ਰੂਰ ਬੈੰਦੀ ਹੈ ਕਿੰਦੇ ਅਖੀਰ ਕੀ ਹੋਇਆ ਕਿ ਕੋਈ ਸਵੱਬ ਜਿਹੜਾ ਸੀ ਵੈਸਾ ਬਣ ਗਿਆ ਕਿ ਜਿੱਦਣ ਧੰਨ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਦਾ ਭੋਗ ਪਿਆ ਤੇ ਸਾਰੇ ਜਿਹੜੇ ਮਹਿਮਾਨਾਂ ਨੇ ਘਰ ਉគ្រੀ ਜਾਣਾ ਸੀਗਾ ਕਿੰਦੇ ਘਰਦੇ ਨੇ ਮੈਨੂੰ ਜਿਹੜਾ ਸੀਗਾ ਉਹ ਇਹ ਕਹਿਤਾ ਕਿ ਇਹ ਜਿਹੜੀ ਸਾਡੀ ਲੜਕੀ ਹੈ ਨੇ ਇਹਨੂੰ ਤੂੰ ਜਿਹੜਾ ਹੈਗਾ ਉਹ ਬਸ ਅੱਡੇ ਜਾ ਕੇ ਛੱਡਿਆ ਕਿੰਦੇ ਦੇਖੋ ਮੈਂ ਸਕੂਟਰ ਲਿਆ ਉਹ ਹੀ ਜਿਹੜੀ ਲੜਕੀ ਜਿਹੜੇ ਮੇਰੇ ਅਖੰਡ ਪਾਠ ਸਾਹਿਬ ਦੇ ਸਮੇਂ ਜਿਹੜੀ ਸੀ ਮੇਰੇ ਜਿਹੜੇ ਸੀ ਉਹ ਸਾਹਮਣੇ ਬੈਠ ਕੇ ਬਾਣੀ ਸੁਣਦੀ ਹੁੰਦੀ ਸੀ ਉਹ ਹੀ ਮੇਰੇ ਸਕੂਟਰ ਦੇ ਪਿੱਛੇ ਬੈਠ ਗਈ ਤੇ ਕਹਿੰਦੇ ਫਿਰ ਮੈਨੂੰ ਗੱਲਬਾਤ ਕਰਨ ਦਾ ਜਿਹੜਾ ਸੀਗਾ ਮੌਕਾ ਮਿਲ ਗਿਆ ਕਹਿੰਦੇ ਫਿਰ ਮੈਂ ਉਸ ਲੜਕੀ ਨੂੰ ਪੁੱਛ ਹੀ ਲਿਆ ਕਿ ਤੇਰੇ ਮਨ ਵਿੱਚ ਦੱਸ ਕੀ ਗੱਲ ਹੈ ਕਿ ਤੂੰ ਬਾਰ-ਬਾਰ ਜਿਹੜੀ ਹੈਗੀ ਆ ਕਿਉਂ ਬਹਿੰਦੀ ਹੈ ਤੇ ਅਗਰ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੈਗੀ ਅਗਰ ਤੇ ਤੇਰਾ ਕੋਈ ਸ਼ਾਦੀ ਦਾ ਬਜਾਅ ਆ ਰਿਹਾ ਜਾਂ ਕੋਈ ਹੋਰ ਗੱਲ ਹੈ ਤਾਂ ਮੈਨੂੰ ਸਾਫ਼ ਦੱਸ ਉਹ ਫਿਰ ਸਿੰਘ ਮੈਨੂੰ ਦੱਸਦੇ ਸੀ ਕਿ ਕਹਿੰਦੇ ਵੀ ਜਦੋਂ ਮੈਂ ਉਸ ਲੜਕੀ ਨੂੰ ਬਾਰ-ਬਾਰ ਪੁੱਛਿਆ ਤਾਂ ਕਹਿੰਦੇ ਉਹ ਲੜਕੀ ਜਿਹੜੀ ਸੀ ਬੈਠੀ ਜਾ-ਜਾ ਰੋਣ ਲੱਗ ਪਈ ਕਹਿੰਦੇ ਮੈਂ ਹੈਰਾਨ ਹੋ ਗਿਆ ਕਿਨੇ ਮੇ ਸਕੂਟਰ ਖੜਾ ਕੀਤਾ ਕਿ ਇਹਨੂੰ ਕੀ ਹੋ ਗਿਆ ਕਿਨੇ ਮੈਂ ਪੁੱਛਿਆ ਵੀ ਦੱਸ ਤੈਨੂੰ ਕੀ ਗੱਲ ਹੋਈ ਕਹਿੰਦੇ ਫੇਰ ਕਹਿਣ ਲੱਗੇ ਸੀ ਕਿ ਮੇਰਾ ਇੱਕ ਵੀਰਾ ਸਗਾ ਛੋਟਾ ਕਹਿੰਦੇ ਬਿਲਕੁਲ ਕਿੰਦੀ ਤੇਰੀ ਸ਼ਕਲ ਦੇ ਨਾਲ ਕਹਿੰਦੀ ਉਹਦੀ ਸ਼ਕਲ ਬਿਲਕੁਲ ਰਲਦੀ ਮਿਲਦੀ ਹੁੰਦੀ ਸੀ ਤੇ ਤੇਰੀ ਆਵਾਜ਼ ਦੇ ਨਾਲ ਵੀ ਕਹਿੰਦੀ ਉਹਦੀ ਆਵਾਜ਼ ਰਲਦੀ ਮਿਲਦੀ ਹੁੰਦੀ ਸੀ ਜਦੋਂ ਵੀ ਕਹਿੰਦੀ ਤੁਸੀਂ ਹਨਾ ਪਾਠ ਕਰਦੇ ਹੁੰਦੇ ਸੀਗੇ ਤੇ ਮੈਨੂੰ ਤੁਹਾਡੀ ਆਵਾਜ਼ ਤੇ ਤੁਹਾਡੀ ਸ਼ਕਲ ਨੂੰ ਦੇਖ ਕੇ ਕਹਿੰਦੇ ਮੈਨੂੰ ਆਪਣੇ ਵੀਰ ਦੀ ਯਾਦ ਆ ਜਾਂਦੀ ਸੀ ਮੈਂ ਕਹਿੰਦੇ ਤਾਂ ਜਾ ਕੇ ਹਨਾ ਕੋਲ ਬੈਠ ਕੇ ਤੁਹਾਡੇ ਵਿੱਚੋਂ ਆਪਣੇ ਮੈਂ ਵੀਰ ਦੀ ਜਿਹੜੀ ਸੀਗੀ ਉਹ ਸ਼ਕਲ ਜਿਹੜੀ ਸੀ ਉਹ ਦੇਖਦੀ ਹੁੰਦੀ ਸੀ ਜਦ ਇਸ ਤਰ੍ਹਾਂ ਦੇ ਕਹਿੰਦੇ ਉਸ ਲੜਕੀ ਨੇ ਜਿਹੜੀ ਸੀ ਵਿਚਾਰ ਵੀ ਮੇਰੇ ਸਾਹਮਣੇ ਰੱਖੇ ਫਿਰ ਉਹ ਜਿਹੜੇ ਸੀਗੇ ਉਹ ਸਿੰਘ ਦਾਸ ਨੂੰ ਕਹਿਣ ਲੱਗੇ ਕਿ ਮੈਂ ਉਸ ਤੋਂ ਬਾਅਦ ਬੜਾ ਜਾਰ-ਜਾਰ ਰੋਇਆ ਕਿਉਂਕਿ ਉਸੇ ਲੜਕੀ ਤੋਂ ਮੈਂ ਮਾਫੀ ਮੰਗੀ ਕਿ ਦੇਖੋ ਇੱਕ ਇਹਦਾ ਹਿਰਦੇ ਵਿੱਚ ਆਪਣੇ ਵੀਰ ਦੇ ਪ੍ਰਤੀ ਇੰਨਾ ਪਿਆਰ ਇੰਨੀ ਤੜਫ ਹੈਗੀ ਆ ਲੇਕਿਨ ਜਿਹੜੀ ਮੇਰੀ ਨਜ਼ਰ ਸੀਗੀ ਉਹ ਕਿੰਨੀ ਉਲਟ ਹੋ ਗਈ ਮੈਂ ਕੁਝ ਹੋਰ ਸੋਚ ਬਿਠਾ ਲੇਕਿਨ ਲੜਕੀ ਜਿਹੜੀ ਹੈ ਉਹਦੇ ਮਨ ਦੇ ਵਿੱਚ ਕੁਝ ਹੋਰ ਹੈਗਾ ਸੋ ਕਹਿਣ ਤੋਂ ਪਾਵੇਗਾ ਕਿ ਸ੍ਰਿਸ਼ਟੀ ਤਾਂ ਠੀਕ ਸਾ ਪਰ ਕਹਿੰਦੇ ਦ੍ਰਿਸ਼ਟੀ ਜਿਹੜੀ ਹਨ ਉਹ ਮੇਰੀ ਖਰਾਬ ਹੈ ਇਹ ਕਹਿ ਕੇ ਫਿਰ ਉਹ ਸੱਜਣ ਕਹਿਣ ਲੱਗੇ ਕਿ ਫਿਰ ਮੈਂ ਉਸ ਤੋਂ ਮਾਫੀ ਮੰਗੀ ਮਾਫੀ ਮੰਨ ਕੇ ਪਰ ਜੋ ਜਿਹੜਾ ਅਨ ਸੋਚਿਆ ਜੋ ਪਾਪ ਸੀਗਾ ਜੋ ਮੇਰੇ ਅੰਦਰ ਬਣ ਗਿਆ ਸੀਗਾ ਹਨ ਕਹਿੰਦੇ ਫਿਰ ਉਹ ਅੱਜ ਵੀ ਜਿਹੜਾ ਹਨ ਉਹ ਬਹੁਤ ਬਾਰਾ ਵੱਜਰ ਪਾਪ ਬਣ ਕੇ ਮੇਰੇ ਅੰਦਰ ਜਿਹੜਾ ਹੈਗਾ ਉਹ ਅਜੇ ਵੀ ਜਿਹੜਾ ਹੈਗਾ ਉਹ ਗੋਲੇ ਦੇ ਰੂਪ ਦੇ ਵਿੱਚ ਬੈਠਾ ਹੋਇਆ ਹੈ ਸੋ ਕਹਿਣ ਤੋਂ ਭਾਵੇਂ ਹੈਗਾ ਕਿ ਜਿਵੇਂ ਕਰਵਾਨੀ ਦਾ ਫਰਮਾਨ ਹੈ ਕਿ ਜਿਉਂ ਨਾ ਦੇਖੂ ਆਪਣੀ ਨੈਣੀ ਤੇ ਉਹਨਾਂ ਪ੍ਰਤੀ ਜੂਂਗੁਰ ਕੀ ਬੈਣੀ ਕਿ ਜਿੰਨਾ ਚਿਰ ਮੈਂ ਆਪਣੀਆਂ ਅੱਖਾਂ ਦੇ ਨਾਲ ਜਿਹੜਾ ਸਿਕੋ ਦੇਖ ਨਹੀਂ ਲੈਂਦਾ ਤਦ ਤੱਕ ਇਹਦੇ ਗੁਰੂ ਦੇ ਵਚਨਾਂ ਦੇ ਉੱਤੇ ਜਿਹੜਾ ਹੈਗਾ ਉਹ ਮੈਂ ਪੂਰੀ ਤਰ੍ਹਾਂ ਜਿਹੜਾ ਹੈਗਾ ਉਹ ਨਿਸ਼ਚਾ ਜਿਹੜਾ ਹੈਗਾ ਉਹ ਆਪਣਾ ਅਜਮਾ ਨਹੀਂ ਸਕਦਾ ਸੋ ਕਹਿਣ ਤੋਂ ਪਾਵੇਗਾ ਕਿ ਪਹਿਲਾਂ ਦ੍ਰਿਸ਼ਟੀ ਠੀਕ ਕਰੀਏ ਜਦ ਦ੍ਰਿਸ਼ਟੀ ਠੀਕ ਹੋ ਜੂਗੀ ਤਾਂ ਸ੍ਰਿਸ਼ਟੀ ਜੇਸ ਰੂਪ ਦੇ ਵਿੱਚ ਹਨਾ ਜੇਸ ਅਸਲੀਅਤ ਦੇ ਵਿੱਚ ਹੈ ਫਿਰ ਆਪਣੇ ਆਪ ਹੀ ਜਿਹੜੀ ਹੈ ਨਾ ਉਹ ਅਸਲੀਤ ਜਿਹੜੀ ਉਹ ਨਜ਼ਰ ਆਉਣ ਲੱਗ ਪਵੇਗੀ ਸੋ ਤਾਂ ਹੀ ਹੋ ਸਕਦਾ ਹੈਗਾ ਜਦੋਂ ਅਸੀਂ ਪੂਰਨ ਸੰਤ ਮਹਾਪੁਰਖਾਂ ਦੀ ਸੰਗਤ ਕਰੀਏ ਉਹਨਾਂ ਦੀ ਸ਼ੋਹ ਤੇ ਅਸੀਸ ਦੇ ਦੁਆਰਾ ਹਨਾ ਫਿਰ ਸਾਡੇ ਉੱਤੇ ਵੀ ਜਿਹੜਾ ਹੈ ਨਾ ਵਾਹਿਗੁਰੂ ਇਸ ਤਰ੍ਹਾਂ ਦੀ ਜਿਹੜੀ ਉਹ ਕਿਰਪਾ ਹੈਗੀ ਆ ਉਹ ਕਰੇਗਾ ਕਿ ਜਿਸ ਦੇ ਨਾਲ ਸਾਡੀ ਜਦ ਦ੍ਰਿਸ਼ਟੀ ਠੀਕ ਹੋ ਗਈ ਤਾਂ ਫਿਰ ਸਾਡੀ ਜਿਹੜੀ ਸ੍ਰਿਸ਼ਟੀ ਆ ਉਹ ਵੀ ਆਪਣੇ ਆਪ ਠੀਕ ਹੋ ਗਈ ਜਦ ਸਿਛੀ ਠੀਕ ਹੋ ਗਈ ਫਿਰ ਜਿਹੜੇ ਮਹਾ ਬੱਜਰ ਪਾਪ ਆ ਜਿਹੜੇ ਸਾਡੇ ਮਨ ਦੇ ਵਿੱਚ ਹੈ ਜਿਹੜੇ ਹੈ ਉਹ ਆਪਣੇ ਆਪ ਜਿਹੜੇ ਹੈਗੇ ਇਸ ਸੋਚ ਦੇ ਆਧਾਰ ਦੇ ਉੱਤੇ ਬਣ ਜਾਂਦੇ ਆ ਫਿਰ ਉਹਨਾਂ ਤੋਂ ਜਿਹੜਾ ਹੈਗਾ ਬਚਾਅ ਉਹ ਬੜਾ ਅਸੰਭਵ ਹੋ ਸਕਦਾ ਹੈਗਾ ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਆਪਣੀ ਦ੍ਰਿਸ਼ਟੀ ਨੂੰ ਠੀਕ ਕਰੀਏ ਜਦ ਦ੍ਰਿਸ਼ਟੀ ਠੀਕ ਹੋ ਗਈ ਹੈ ਨਾ ਤੇ ਆਪਣਾ ਵੀ ਸਭ ਠੀਕ ਹੋ ਜਾਏਗਾ ਜਦ ਆਪਣਾ ਵੀ ਠੀਕ ਹੋ ਗਿਆ ਤੇ ਵਾਹਿਗੁਰੂ ਦੀ ਪ੍ਰਸੰਤਾ ਖੁਸ਼ੀ ਜਿਹੜੀ ਹੈ ਉਹ ਸਦਾ ਵਾਸਤੇ ਸਾਡੇ ਅੰਦਰ ਕਰ ਕਰ ਜਾਵੇਗੀ ਸੋ ਦਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕਵਾਜੀ ਹੋਇਆ ਬਿਆੰਤ ਭੁੱਲ ਚੁੱਕਾਂ ਦੀ ਖਿਮਾ ਬਖਸ਼ਣੀ ਸੋ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ